ਤੇ ਮੇਰੇ ਉਸ ਤੋਂ ਬਾਅਦ ਮੇਰੇ ਚੱਕ ਮਾਰ ਕੇ ਚੰਗੀ ਵੱਜ ਗਿਆ ਤੇ ਚੱਕ ਦਾ ਨਿਸ਼ਾਨ ਵੀ ਹੈਗਾ। ਤਸਵੀਰ ਅੰਮ੍ਰਿਤਸਰ ਦੀਆਂ ਨੇ। ਮਹਿਲਾਵਾਂ ਦੀ ਆਪਸ ਦੀ ਲੜਾਈ ਇੰਨੀ ਵੱਧ ਗਈ ਕਿ ਉਸਦੇ ਵਿੱਚ ਬੰਦੇ ਕੁੱਦ ਪਏ ਅਤੇ ਜਦੋਂ ਬੰਦੇ ਕੁੱਦਦੇ ਨੇ ਤਾਂ ਉਦੋਂ ਕੁਝ ਨਾ ਕੁਛ ਤਾਂ ਹੁੰਦਾ ਅਤੇ ਇਹੀ ਹੋਇਆ। ਇਸ ਲੜਾਈ ਦੇ ਵਿੱਚ ਵੀ ਇੱਕ ਪੱਖ ਨੇ ਦੂਸਰੇ ਪੱਖ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਦਰਅਸਲ ਇਹ ਲੜਾਈ ਮਹਿਲਾਵਾਂ ਦੀ ਆਪਸੀ ਤਕਰਾਰ ਨੂੰ ਲੈ ਕੇ ਸ਼ੁਰੂ ਹੋਈ। ਆਂਢ ਗੁਆਂਢ ਦੇ ਵਿੱਚ ਨਿੱਕੀ ਜਿਹੀ ਗੱਲ ਵੱਡੀ ਗੱਲ ਬਣ ਗਈ। ਬਸ ਫਿਰ ਕੀ ਸੀ, ਮਹਿਲਾਵਾਂ ਦੇ ਵਿਵਾਦ ਦੇ ਵਿੱਚ ਆਪਣੇ ਆਪਣੇ ਬੰਦੇ ਬੁਲਾ ਲਏ ਅਤੇ ਜਦੋਂ ਬੰਦੇ ਆਏ ਤਾਂ ਕਿਰਪਾਨਾਂ ਤੱਕ ਚੱਲ ਪਈਆਂ। ਇੱਕ ਪੱਖ 'ਤੇ ਇਲਜ਼ਾਮ ਹੈ ਕਿ ਉਸਦੀ ਤਲਵਾਰਾਂ ਦੀ ਫੈਕਟਰੀ ਹੈ ਅਤੇ ਉਸਨੇ ਆਪਣੀ ਫੈਕਟਰੀ ਤੋਂ ਕਿਰਪਾਨਾਂ ਕੱਢ ਕੇ ਇਸ ਸ਼ਖਸ ਦੇ ਉੱਤੇ ਹਮਲਾ ਕਰ ਦਿੱਤਾ। ਹਾਲਾਂਕਿ ਇੱਕ CCTV ਫੁਟੇਜ 'ਤੇ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਕੇ ਲਿਆਏ। ਮਹਿਲਾਵਾਂ ਵੀ ਖੂਬ ਰੌਲਾ ਪਾਉਂਦੀਆਂ ਵਿਖਾਈ ਦੇ ਰਹੀਆਂ ਨੇ। ਤੁਸੀਂ ਆਪ ਹੀ ਸੁਣ ਲਵੋ ਕਿਵੇਂ ਹੋਈ ਇਹ ਵਾਰਤਾ। ਦੈਨਿਕ ਪੇਲ ਪੰਜਾਬੀ TV ਦੇ ਲਈ ਅੰਮ੍ਰਿਤਸਰ ਤੋਂ ਵਿਸ਼ਾਲ ਸ਼ਰਮਾ ਦੀ ਰਿਪੋਰਟ। ਮੈਂ ਆਪਣੇ ਬੂਹੇ ਤੇ ਖੜਿਆ ਸੀ ਜੀ, ਲੇਡੀਜ਼ ਦੇ ਦੱਬੇ ਤੂੰ ਮੈਂ ਹੋ ਰਹੀ ਸੀ ਜੀ। ਕਿਹੜੀ ਲੇਡੀਜ਼ ਨਾਲ? ਮੇਰੀ ਵਾਈਫ ਨਾਲ ਅਤੇ ਇੱਕ ਨਾਲ ਸਾਡੇ ਗਵਾਂਢੀ ਹੈ ਜੀ। ਜੀ ਉਹਨਾਂ ਨਾਲ ਹੋ ਰਹੀ ਸੀ ਜੀ। ਆਪਾਂ ਚ ਲੜਦੇ ਪਏ? ਹਾਂਜੀ, ਮੈਂ ਇਹਨਾਂ ਨੂੰ ਚੁਰਾਉਣ ਦੀ ਕੋਸ਼ਿਸ਼ ਕੀਤੀ, ਇਹਨੇ ਉਹਦੀ ਜਨਾਨੀ ਨੇ ਮੇਰੇ ਮੂੰਹ ਥੱਪੜ ਮਾਰਤਾ ਅਤੇ ਮੇਰੇ ਉਸ ਤੋਂ ਬਾਅਦ ਮੇਰੇ ਚੱਕ ਮਾਰ ਕੇ ਦੰਦੀ ਵੱਢੀ ਹੈ ਅਤੇ ਚੱਕ ਦਾ ਨਿਸ਼ਾਨ ਵੀ ਹੈਗਾ। ਮੈਂ ਮੋੜੀ ਮਿਸਰਾ ਚੱਕ ਆਪਣਾ ਹੱਥ ਖਿੱਚਿਆ ਅਤੇ ਛਿੜਾਇਆ। ਇੰਨੀ ਦੇਰ ਨੂੰ 3-4 ਮੁੰਡੇ ਆਏ, ਮੈਨੂੰ ਇੱਕ ਤੋਂ ਮੇਰੇ ਕੜੇ ਤੋਂ ਫੜ ਲਿਆ, ਇੱਕ ਨੇ ਮੇਰੀ ਬਾਹਾਂ ਫੜ ਲਈਆਂ ਅਤੇ ਪਿੱਛੋਂ ਫੜ ਲਿਆ ਮੈਨੂੰ। ਇਹਨਾਂ ਨੇ ਬੜਾ ਕੁੱਟਿਆ, ਮੇਰੇ ਨਾਲ ਬਹੁਤ ਧੱਕਾ ਹੋਇਆ। ਮੇਰੇ ਕਿਹੜੇ ਮੁੰਡੇ? ਇੱਕ ਕਾਕਾ ਹੈਗਾ ਜੀ, ਇੱਕ ਵਿੱਕੀ ਹੈਗਾ ਜੀ, ਹੋਰ ਦੋ ਮੁੰਡੇ, ਇੱਕ ਮੱਖਣ ਸਿੰਘ ਦਾ ਮੁੰਡਾ ਕੋਈ ਹੈਗਾ, ਉਹ ਇੱਕ ਮੁੰਡਾ ਹੋਰ ਜੀ। ਹਾਂਜੀ, ਉਹਦਾ ਵੀ ਹਸਬੈਂਡ ਵਿੱਚ ਸੀ। ਮੇਰੇ ਹਥਿਆਰ ਜੀ ਤਿੱਖੇ ਹਥਿਆਰ ਸੀ ਜੀ ਮੇਰੇ। ਮੇਰਾ ਸਾਰੀ ਪੈਂਟ ਭਰੀ ਵੀ ਖੂਨ ਨਾਲ, ਔਰ ਮੇਰੀ ਬਾਂਹ ਵੀ ਕੰਮ ਨਹੀਂ ਕਰ ਰਹੀ, ਮੇਰੀ ਹੱਡੀ ਵੀ ਲੱਗਦਾ ਕਰੈਕ ਹੋ ਗਈ ਹੈ। ਇਹਨਾਂ ਨੇ ਮੇਰਾ ਜਾਨ ਲੇਵਾ ਹਵਾ ਕੀਤਾ ਜੀ, ਪੂਰੀ ਮਾਰਨ ਦੀ ਕੋਸ਼ਿਸ਼ ਕੀਤੀ ਜੀ ਇਹਨਾਂ ਨੇ ਮੈਨੂੰ। ਮੇਰਾ ਅੰਗੂਠਾ ਵੀ ਮੋੜਿਆ, ਮੇਰੀ ਕਿਚੀ ਵੀ ਦਵਾਈ ਇਹਨਾਂ ਨੇ। ਝਗੜਾ ਜੀ ਹੈ, ਅੱਜ 8-9 ਮਹੀਨੇ ਹੋ ਗਏ ਜੀ। ਸਾਨੂੰ ਰੋਜ਼ ਤੰਗ ਕਰਦਾ ਜੀ, ਕਦੀ ਕਿਰਪਾਨ ਕੱਢਦਾ ਗੱਡੀ 'ਚੋਂ, ਸਾਨੂੰ ਵਿਖਾਉਂਦਾ ਅਤੇ ਫਿਰ ਬੰਦ ਕਰ ਲੈਂਦਾ। ਇਹਦਾ ਕਿਰਪਾਨਾਂ ਦਾ, ਗੰਡਾਸਿਆਂ ਦਾ, ਮਾੜੇ ਹਥਿਆਰਾਂ ਦਾ ਕੰਮ ਹੈ ਇਹਦਾ। ਠੀਕ ਹੈ ਜੀ, ਇਹ ਕੋਈ ਨਾ, ਹਾਂਜੀ ਫੈਕਟਰੀ ਹੈਗੀ ਜੀ, ਰੋਜ਼ ਲੈ ਕੇ ਆਏਗਾ, ਜਾਣ ਕੇ ਬੂਹੇ ਤੋਂ ਹੋਰ ਮਾਰੇਗਾ ਸਾਡੇ, ਫਿਰ ਕਿਰਪਾਨ ਕੱਢੇਗਾ ਬਾਹਰ, ਫਿਰ ਬੰਦ ਕਰਕੇ ਅੰਦਰ ਰੱਖ ਦੇਗਾ। ਨਿੱਕੇ ਨਿੱਕੇ ਬੱਚੇ ਹੈਗੇ ਇਹਦੇ, ਜਿਹੜੇ ਇੱਕ ਬੇਟਾ 5-6 ਸਾਲ ਦਾ ਹੈਗਾ, ਇੱਕ ਲਾ ਲਓ 10 ਸਾਲ ਦਾ ਹੈਗਾ, ਉਹ ਇਨ ਤੋਂ ਵੀ ਜ਼ਿਆਦਾ ਮਾੜੇ ਲਫ਼ਜ਼ ਬੋਲਦੇ ਨੇ। ਮੇਰੇ ਬੱਚੇ ਡਰ ਕੇ ਅੰਦਰ ਆ ਜਾਂਦੇ, ਉਹ ਬਾਹਰ ਖੇਡਦੇ ਵੀ ਨਹੀਂ ਗੇ। ਮੈਂ 8 ਮਹੀਨੇ ਤੋਂ ਦੁਖੀ ਸੀ, ਮੇਰੀ ਜਨਾਨੀ ਨੂੰ ਬਹੁਤ ਗੰਦ ਲੈਂਗੁਏਜ ਬੋਲਦਾ, ਮੈਂ ਤਾਂ ਵੀ ਨਹੀਂ ਬੋਲਿਆ। ਅਮਰਜੀਤ ਕੌਰ ਸਰ, ਇਹਨਾਂ ਦੀ ਗੁਰਦੇਵ ਸਿੰਘ ਜਿਹੜੀ ਵਾਈਫ ਹੈ, ਸਾਨੂੰ ਕਾਫੀ ਟਾਈਮ ਤੋਂ ਗਾਲੀ ਗਲੋਚ ਕਰਦੀ ਹੈ। ਅਸੀਂ ਵੀ ਚਲੋ ਕੁਛ ਨਹੀਂ ਕਹਿ ਰਹੇ, ਪਰ ਫਿਰ ਵੀ ਬਹੁਤ ਜ਼ਿਆਦਾ ਗਾਲੀ ਗਲੋਚ ਕਰ ਰਹੀ ਹੈ, ਕਦੇ ਕਿਸੇ ਨੂੰ ਸੁਣਾ ਕੇ, ਕਦੇ ਕਿਸੇ ਨੂੰ ਸੁਣਾ ਕੇ। ਅੱਜ ਫਿਰ ਉਹਨੇ ਬਹੁਤ ਜ਼ਿਆਦਾ ਗਾਲੀ ਗਲੋਚ ਕੀਤਾ ਅਤੇ ਫਿਰ ਬਹੁਤ ਜ਼ਿਆਦਾ ਬੋਲੀ ਹੈ। ਫਿਰ ਮੇਰੇ ਹਸਬੈਂਡ ਵੈਸੇ ਸ਼ੋਪ ਤੋਂ ਆਏ ਸੀ, ਉਹਨਾਂ ਨੂੰ ਵੀ ਮਾੜਾ ਚੰਗਾ ਬੋਲਿਆ ਉਹਨਾਂ ਨੇ, ਅਤੇ ਫਿਰ ਨੀਚੇ ਆਈ ਆ, ਨੀਚੇ ਆ ਕੇ ਅਤੇ ਉਹਨਾਂ ਦੇ ਥੱਪੜ ਵਗੈਰਾ ਮਾਰਿਆ। ਥੱਪੜ ਸਰ ਪਤਾ ਨਹੀਂ ਉਹਨਾਂ ਦੀ ਲੈਂਗੁਏਜ ਇਸ ਤਰ੍ਹਾਂ ਦੀ ਆ, ਅਸੀਂ ਤਾਂ ਆਪ 4-5 ਸਾਲ ਤੋਂ ਇਸ ਗਲੀ 'ਚ ਬਿਲਕੁਲ ਬੋਲੇ ਨਹੀਂ ਆ। ਹੁਣ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ, ਇਹਨਾਂ ਦਾ ਬੱਚਾ ਬੱਚਾ ਉੱਠ ਕੇ ਸਾਨੂੰ ਗੱਲ ਕਰਦਾ ਹੈ, ਪਰ ਅਸੀਂ ਬਹੁਤ ਜ਼ਿਆਦਾ ਦੁਖੀ, ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਇਹਨਾਂ ਤੋਂ। ਹਾਂਜੀ ਸਰ, ਉਹਨਾਂ ਨੇ ਤਾਂ ਪਤਾ ਨਹੀਂ ਕੀ ਕੀ ਫੜਿਆ ਹੋਇਆ ਸੀ, 4-5 ਜਾਣੇ ਸੀ ਮੇਰੇ ਹਸਬੈਂਡ ਨੂੰ ਫੜ ਕੇ ਪੱਗ ਉਤਾਰ ਕੇ, ਫਿਰ ਉਹਨਾਂ ਨੇ ਦੋ ਬਾਹਾਂ ਫੜ ਕੇ ਉੱਤੋਂ ਮਾਰੀਆਂ ਚੀਜ਼ਾਂ ਮਾਰੀਆਂ, ਸਾਨੂੰ ਆਮ ਨਹੀਂ ਪਤਾ, ਸਾਨੂੰ ਧੱਕੇ ਧੁੱਕੇ ਮਾਰੇ ਆ, ਤਿੱਖੀਆਂ ਚੀਜ਼ਾਂ ਸੀ, ਕਿਉਂਕਿ ਇਹਨਾਂ ਕਿਰਪਾਨਾਂ ਗੰਡਾਸੀਆਂ ਦਾ ਕੰਮ ਆ,
ਉਹਨਾਂ ਦੇ ਹੱਥਾਂ ਵਿੱਚ ਹਰ ਉੱਤੇ ਚੀਜ਼ਾਂ ਹੁੰਦੀਆਂ, ਉਹਨਾਂ ਦੀ ਗੱਡੀ ਵਿੱਚ ਵੀ ਹਰ ਉੱਤੇ ਇਹੋ ਜਿਹੀ ਚੀਜ਼ਾਂ ਹੁੰਦੀਆਂ ਅਤੇ ਰਿਹਾਇਸ਼ੀ ਇਲਾਕੇ 'ਚ ਉਹਨਾਂ ਦਾ ਕੰਮ ਵਾ ਇਹ ਵਾਲਾ, ਉੱਥੋਂ ਦੇ ਲੋਕ ਵੀ ਬੜੇ ਪਰੇਸ਼ਾਨ ਹੈਗੇ ਇਹਨਾਂ ਤੋਂ। ਝਗੜਾ ਮੈਡਮ ਕਿੱਥੋਂ ਸਟਾਰਟ ਹੋਇਆ, ਕਿਹਨਾਂ ਦੇ ਵਿਚਾਲੇ ਝਗੜਾ? ਝਗੜਾ ਬਿਲਕੁਲ ਸਾਹਮਣੇ ਘਰ ਹੈਗਾ ਜੀ, ਅਤੇ ਉਹਨਾਂ ਦੀ ਰੇਹੜੀ ਚੁੱਕੀ ਗਈ ਆ, ਪਤਾ ਨਹੀਂ ਇਹਨਾਂ ਨੇ ਪਹਿਲੇ ਉਹਨਾਂ ਦੇ ਲੋਕ ਵਗੈਰਾ ਖੋਲ੍ਹਿਆ ਅਤੇ ਉਹਨਾਂ ਦੀ ਪੌੜੀ ਲਾ ਕੇ ਉਹਨਾਂ ਦੇ ਕੋਠੇ ਚੜ੍ਹੇ ਆ ਬਾਹਰਲੇ ਪਾਸੇ ਬਨੇਰੇ 'ਤੇ, ਅਤੇ ਉਹ ਕਹਿੰਦੇ ਆ ਕਿ ਇਹ ਸਾਰਾ ਕੁਛ ਤੁਸੀਂ ਦੱਸਿਆ ਉਹਨਾਂ ਨੂੰ, ਤੁਸੀਂ ਸਾਡਾ ਨਾਂ ਲਾਇਆ ਵਾ, ਅਤੇ ਉਹ ਜਦ ਕਿ ਗਲੀ 'ਚ ਕੈਮਰੇ ਵਗੈਰਾ ਲੱਗੇ ਉਹਨਾਂ ਤੱਕ ਰਿਪੋਰਟ ਆਪਣੇ ਆਪ ਹੀ ਪਹੁੰਚ ਗਈ ਹੈ, ਅਤੇ ਉਹ ਸਾਨੂੰ ਕਹਿ ਰਹੇ ਕਿ ਤੁਸੀਂ ਸਭ ਕੁਛ ਕੀਤਾ ਵਾ, ਅਤੇ ਅੱਜ ਮੈਨੂੰ ਕਹਿ ਰਹੀ ਹੈ ਗੰਦ ਮੰਦ ਬੋਲ ਕੇ ਕਹਿ ਰਹੀ ਹੈ, ਜਾ ਉਹਨੂੰ ਕਹਿ ਦੇ ਫੋਨ ਕਰਦੇ ਅਸੀਂ ਕਿਹਾ ਡਰ ਨਹੀਂ ਮਾਰਿਆ। ਉਸ ਤੋਂ ਬਾਅਦ ਬਹੁਤ ਜ਼ਿਆਦਾ ਗਾਲੀ ਗਲੋਚ ਕਹਿ ਕੀਤੀ ਹੈ ਕਿ ਮੈਨੂੰ ਕਹਿਣ ਲੱਗਿਆ ਵੀ ਬਹੁਤ ਸ਼ਰਮ ਆ ਰਹੀ ਹੈ ਸਾਹਮਣੇ, ਬਹੁਤ ਜ਼ਿਆਦਾ ਰਫ ਬੋਲੀ ਮੇਰੇ ਨਾਲ। ਉਸ ਤੋਂ ਬਾਅਦ ਹੀ ਆ ਕੇ ਮੇਰੇ ਹਸਬੈਂਡ ਆਇਆ ਅਤੇ ਉਹਨਾਂ ਨੂੰ ਅੱਗ ਚਪੇੜਾਂ ਮਾਰ ਦਿੱਤੀਆਂ, ਫਿਰ ਆਪਣੇ ਹਸਬੈਂਡ ਨੂੰ ਬੁਲਾਇਆ ਅਤੇ ਉਹ 5-7 ਮੁੰਡੇ ਲੈ ਕੇ ਅਤੇ ਇਹਨਾਂ ਨੂੰ ਪੈ ਗਏ। ਸਰ ਕੀ ਮਾਮਲਾ ਜਿਹੜਾ ਕੱਲ੍ਹ ਝਗੜਾ ਆਇਆ ਜੀ? ਲੜਾਈ ਦਾ ਕਾਰਨ ਕੀ ਰਿਹਾ ਸਰ? ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793-95956।